ਦਲਜੀਤ ਸਿੰਘ, ਜਿੱਦਾਂ ਕਿ ਸਿੱਧੂ ਮੂਸੇਵਾਲਾ ਆਪਣੇ ਮਾਤਾ ਪਿਤਾ ਦੀ ਇਕਲੌਤੀ ਕਹਿ ਲਓ ਕਿ ਸੰਤਾਨ ਸੀ, ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਕਹਿ ਲਓ ਕਿ ਉਹਦੇ ਮਾਂ ਬਾਪ ਵੀ ਇਕੱਲੇ ਰਹਿ ਗਏ ਸੀਗੇ, ਪਰ ਹੁਣ ਸਿੱਧੂ ਮੂਸੇਵਾਲੇ ਦਾ ਛੋਟਾ ਭਰਾ ਆ ਗਿਆ ਹੈ, ਲੋਕ ਕਹਿ ਰਹੇ ਨੇ ਕਿ ਸਿੱਧੂ ਮੂਸੇਵਾਲਾ ਵਾਪਸ ਆ ਗਿਆ। ਕਿਵੇਂ ਦੇਖਦੇ ਹੋ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਜੋ ਹੁਣ ਦੁਨੀਆ ਵਿੱਚ ਆਇਆ? ਦੇਖੋ, ਬਹੁਤ ਖੁਸ਼ੀ ਵਾਲੀ ਗੱਲ ਹੈ ਤੇ ਦੁਨੀਆ ਭਰ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ। ਗੱਲ ਤੇ ਜੋ ਹਵੇਲੀ ਦੇ ਵਿੱਚ, ਜੋ ਮੂਸੇ ਪਿੰਡ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਬੜੇ ਚਾਵਾਂ ਦੇ ਨਾਲ ਹਵੇਲੀ ਬਣਾਈ ਸੀ, ਕੱਲ ਮੈਨੂੰ ਲੱਗਦਾ ਕਿ ਉੱਥੇ ਪਹਿਲੇ ਦਿਨ ਇੰਨੀ ਖੁਸ਼ੀ ਮਨਾਈ ਗਈ ਹੋਵੇਗੀ। ਸੋ ਬਹੁਤ ਲੋਕ, ਬਹੁਤ ਕਲਾਕਾਰ, ਬਹੁਤ ਵੱਡੀਆਂ ਹਸਤੀਆਂ ਜਿਨ੍ਹਾਂ ਨੇ ਫੇਸਬੁੱਕ, ਟਵਿੱਟਰ ਦੇ ਜ਼ਰੀਏ ਇਹ ਖੁਸ਼ੀ ਸਾਂਝੀ ਕੀਤੀ। ਲਗਭਗ ਸਾਰੇ ਹੀ ਚੈਨਲ ਜਿਹੜੇ ਨੇ ਉਹ ਪਹੁੰਚ ਕੇ ਉੱਥੇ ਲਾਈਵ ਕਵਰੇਜ ਜਿਹੜੀ ਹੈ ਇਸ ਖੁਸ਼ੀ ਦੀ ਕਰ ਰਹੇ ਸੀ। ਤੁਹਾਨੂੰ ਪਤਾ ਹੈ ਕਿ ਸਿੱਧੂ ਮੂਸੇਵਾਲਾ ਪੰਜਾਬ ਦਾ ਉਹ ਗਾਇਕ ਸੀ, ਉਹ ਸੈਲੀਬ੍ਰਿਟੀ ਸੀ ਜਿਹਨੂੰ ਦੁਨੀਆ ਨੇ ਪਹਿਚਾਣਿਆ, ਜਿਹਨੇ ਪੰਜਾਬੀਆਂ ਦਾ ਤੇ ਪੱਗ ਦਾ ਨਾਮ ਜਿਹੜਾ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਸੀ। ਬੇਸ਼ੱਕ ਸਾਡੇ ਪੰਜਾਬ ਦੇ ਪੋਲੀਟੀਸ਼ੀਅਨਾਂ ਨੂੰ ਉਹਦੀ ਕਦਰ ਨਹੀਂ ਸੀ, ਮਤਲਬ ਕਿ ਪੰਜਾਬ ਦੇ ਪੋਲੀਟੀਸ਼ੀਅਨਸ ਨੇ ਸਿੱਧੂ ਮੂਸੇਵਾਲੇ ਦੀ ਕਦਰ ਨਹੀਂ ਪਾਈ, ਸਰਕਾਰਾਂ ਨੇ, ਸਿਸਟਮ ਨੇ ਕਦਰ ਨਹੀਂ ਪਾਈ, ਪਰ ਹਰ ਇੱਕ ਕਲਾ ਦੇ ਕਦਰਦਾਨ ਨੇ ਉਸਦੀ ਕਦਰ ਪਾਈ ਹੈ। ਜੇ ਹੁਣ ਦੇਖੀਏ ਤਾਂ ਇੰਗਲਿਸ਼ ਕਲਾਕਾਰ ਜਿਹੜੇ ਸੀ, ਬਹੁਤ ਸਾਰੇ ਐਸੇ ਡਰੇਕ ਵਰਗੇ, ਰਿਹਾਨਾ ਵਰਗੇ ਜਾਂ ਹੋਰ ਲੋਕ ਜਿਨ੍ਹਾਂ ਨੂੰ ਪੰਜਾਬੀ ਸਮਝ ਨਹੀਂ ਆਉਂਦੀ ਪਰ ਉਹਨਾਂ ਨੂੰ ਮਿਊਜ਼ਿਕ ਦੀ ਭਾਸ਼ਾ ਸਮਝ ਆਉਂਦੀ ਹੈ, ਤੇ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਜਾਣ ਦਾ ਕਿੰਨਾ ਵੱਡਾ ਦੁੱਖ ਮਨਾਇਆ। ਸੋ ਇਹ ਸਾਰਾ ਕੁਛ ਸਿੱਧੂ ਮੂਸੇਵਾਲੇ ਦੇ ਹਿੱਸੇ ਆਇਆ ਸੀ, ਤੇ ਇੱਕ ਉਹ ਦਰਦਨਾਕ ਸਮਾਂ ਜਦੋਂ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਤੇ ਪੰਜਾਬ ਦੇ ਹਰ ਘਰ ਦੇ ਵਿੱਚ ਉਸ ਵੇਲੇ ਸੁੰਨ ਪਸਰ ਗਈ। ਉਹ ਲੋਕ ਵੀ ਜਿਹੜੇ ਸਿੱਧੂ ਮੂਸੇਵਾਲੇ ਦੇ ਗੀਤ ਨਹੀਂ ਵੀ ਸੀ ਸੁਣਦੇ, ਉਹ ਵੀ ਰੋਏ, ਹਰ ਇੱਕ ਅੱਖ ਰੋਈ, ਤੇ ਅੱਜ ਤੱਕ ਰੋਂਦੀ ਹੋਈ ਨਜ਼ਰ ਆ ਰਹੀ ਹੈ। ਹਰ ਰੋਜ਼ ਸਿੱਧੂ ਮੂਸੇਵਾਲੇ ਦੇ ਸੰਬੰਧ ਦੇ ਵਿੱਚ ਪੋਸਟਾਂ ਰਿਲੀਜ਼ ਹੁੰਦੀਆਂ ਫੇਸਬੁੱਕ ਜ਼ਰੀਏ ਜਾਂ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ। ਤੁਸੀਂ ਇਹ ਵੀ ਦੇਖੋ ਕਿ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਉਹਦੇ ਗੀਤ ਤਕਰੀਬਨ 3 ਤੋਂ 4 ਗੀਤ ਰਿਲੀਜ਼ ਹੋਏ ਸਮਾਂ ਪਾ ਕੇ, ਤੇ ਉਹਨਾਂ ਦੇ ਉੱਤੇ ਵੀ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਨੇ ਕਿੱਡੇ ਕਿੱਡੇ ਵੱਡੇ ਰਿਐਕਸ਼ਨ ਦਿੱਤੇ। 10-10 ਹਜ਼ਾਰ ਬੰਦਾ ਵੇਟਿੰਗ ਦੇ ਵਿੱਚ ਬੈਠਾ ਹੋਇਆ, ਕਿਉਂਕਿ ਜਦੋਂ ਯੂਟਿਊਬ ਦੇ ਉੱਤੇ ਤੁਸੀਂ ਲਾਂਚ ਕਰਦੇ ਹੋ ਗੀਤ ਤਾਂ ਤੁਸੀਂ ਉੱਥੇ ਲਾ ਦਿੰਦੇ ਹੋ ਪ੍ਰੀਮੀਅਰ। ਸੋ ਪ੍ਰੀਮੀਅਰ ਦੀ ਟਾਈਮਿੰਗ ਹੁੰਦੀ ਹੈ ਸੈੱਟ, ਜਿਵੇਂ ਤੁਸੀਂ ਰਾਤ ਨੂੰ ਪ੍ਰੀਮੀਅਰ ਲਾ ਦਿੱਤਾ ਤੇ ਸਵੇਰੇ ਰਿਲੀਜ਼ ਕਰਨੀ ਹੈ, ਸਵੇਰੇ ਮਤਲਬ ਤੁਸੀਂ ਚਾਹੁੰਦੇ ਹੋ ਕਿ ਪਬਲਿਕ ਨੂੰ ਸ਼ੋਅ ਹੋਵੇ। ਸੋ ਰਾਤ ਨੂੰ ਹੀ ਤਕਰੀਬਨ 10-10 ਹਜ਼ਾਰ ਬੰਦਾ ਬਹਿ ਕੇ ਸਵੇਰ ਦੇ ਉਸ ਰਿਲੀਜ਼ ਹੋਣ ਵਾਲੇ ਗੀਤ ਦਾ ਇੰਤਜ਼ਾਰ ਕਰਦਾ ਹੋਇਆ ਦੇਖਿਆ ਗਿਆ। ਤੇ ਦੁਨੀਆ ਦਾ ਮੈਨੂੰ ਲੱਗਦਾ ਵੀ ਕੋਈ ਵੀ ਐਸਾ ਕਲਾਕਾਰ ਨਹੀਂ ਹੈ ਵੀ ਜਿਹਨੂੰ ਇਸ ਤਰੀਕੇ ਦਾ ਪਿਆਰ ਜਾਂ ਫਿਰ ਲੋਕਾਂ ਦੇ ਵਿੱਚ ਉਹਦਾ ਜਿਹੜੀ ਚਾਹਤ ਹੋਵੇ। ਉਹ ਸਿੱਧੂ ਮੂਸੇਵਾਲਾ ਹੀ ਸੀ, ਤੇ ਮੈਨੂੰ ਲੱਗਦਾ ਵੀ ਇਹ ਸਾਰਿਆਂ ਦੀ ਦੁਆ ਤੇ ਅਰਦਾਸਾਂ ਸਦਕਾ, ਕਹਿੰਦੇ ਹੁੰਦੇ ਨਾ ਵੀ ਜਿਹੜਾ ਬੰਦਾ ਇੱਕ ਵਾਰੀ ਧਰਤੀ ਤੋਂ ਚਲੇ ਜਾਏ ਉਹ ਵਾਪਸ ਨਹੀਂ ਆਉਂਦਾ, ਜਾਂ ਫਿਰ ਉਹ ਜਿਹੜਾ ਇਨਸਾਨ ਜਿਹੜਾ ਇੱਕ ਵਾਰੀ ਗਿਆ ਉਹ ਮੁੜਦਾ ਨਹੀਂ ਹੈ। ਪਰ ਮੈਨੂੰ ਲੱਗਦਾ ਵੀ ਕਰੋੜਾਂ ਅਰਦਾਸਾਂ ਦੇ ਨਾਲ ਸਿੱਧੂ ਮੂਸੇਵਾਲਾ ਜਿਹੜਾ ਹੈ ਉਹ ਵਾਪਸ ਆ ਗਿਆ। ਮਤਲਬ ਕਿ ਦੇਖੋ, ਬੁਢਾਪੇ ਦੇ ਵਿੱਚ ਇਹ ਗੱਲਾਂ ਇੰਪੋਸੀਬਲ ਵਰਗੀਆਂ ਹੁੰਦੀਆਂ ਕਿ ਦੁਬਾਰਾ ਬੱਚੇ ਨੂੰ ਜਨਮ ਦੇਣਾ, ਨਾ ਤਾਂ ਜਿਹੜੇ ਸਰੀਰ ਨੇ ਉਹੋ ਜਿਹੇ ਰਹਿੰਦੇ ਆ, ਤੇ ਨਾ ਹੀ ਕੋਈ ਹੋਰ ਗੱਲਬਾਤ ਹੁੰਦੀ ਹੈ, ਨਾ ਹੀ ਬੰਦਾ ਮਾਨਸਿਕ ਰੂਪ ਦੇ ਵਿੱਚ ਇੰਨਾ ਤਿਆਰ ਹੁੰਦਾ ਕਿ ਉਹ ਦੁਬਾਰਾ ਕਿਸੇ ਬੱਚੇ ਨੂੰ, ਸੰਤਾਨ ਨੂੰ ਜਨਮ ਦੇ ਸਕੇ। ਮੈਂ ਤਾਂ ਪਹਿਲੇ ਦਿਨ ਤੋਂ ਦੇਖਦਾ ਆ ਰਿਹਾ ਤੇ ਮੈਂ 2 ਵਾਰ ਤਕਰੀਬਨ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਵੀ ਮਿਲਿਆ, ਸਿੱਧੂ ਮੂਸੇਵਾਲੇ ਦੇ ਨਾਲ ਮੈਂ ਖੁਦ ਇੰਟਰਵਿਊ ਕੀਤੀ। ਜਦੋਂ ਸਿੱਧੂ ਮੂਸੇਵਾਲੇ ਦੇ ਫਾਦਰ ਤੇ ਮਦਰ ਦੇ ਨਾਲ ਜਦੋਂ ਅਸੀਂ ਪ੍ਰੋਗਰਾਮ ਕੀਤਾ, ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਸਿੰਪਨੀ ਹਾਲ ਬਰਮਿੰਗਮ ਦੇ ਵਿੱਚ ਉਹਨਾਂ ਦਾ ਪ੍ਰੋਗਰਾਮ ਸੀ ਜਿਹਨੂੰ ਮੈਂ ਖੁਦ ਹੋਸਟ ਕੀਤਾ ਸੀ ਬ੍ਰਿਟਿਸ਼ੀਆ ਟੀਵੀ ਦੇ ਰਾਹੀਂ। ਸੋ ਉਦੋਂ ਮੈਂ ਹੌਸਲਾ ਦੇਖਦਾ ਸਿੱਧੂ ਦੀ ਮਾਤਾ ਦਾ, ਸਿੱਧੂ ਦੇ ਫਾਦਰ ਦਾ, ਤਾਂ ਬਹੁਤ ਜਜ਼ਬੇ ਵਾਲੇ ਸੀ ਇਹ ਦੋਨੋਂ ਜਿਹੜੇ ਪੇਰੈਂਟਸ ਨੇ। ਸੋ ਸਾਨੂੰ
ਉਸ ਵੇਲੇ ਤੋਂ ਲੈ ਕੇ ਅੱਜ ਤੱਕ ਇਹੀ ਲੱਗਦਾ ਰਿਹਾ ਕਿ ਬਹੁਤ ਹੌਸਲਾ ਹੈ ਬਈ, ਘਰ ਦਾ ਇੱਕੋ ਇੱਕ ਚਿਰਾਗ ਬੁੱਝ ਗਿਆ ਹੋਵੇ ਤਾਂ ਫਿਰ ਵੀ ਹੌਸਲੇ ਦੇ ਵਿੱਚ ਤੁਰੇ ਫਿਰਦੇ ਨੇ, ਬਿਆਨ ਦਿੰਦੇ ਨੇ, ਸਰਕਾਰਾਂ ਨਾਲ ਮੱਥਾ ਲਾਇਆ ਹੋਇਆ। ਸੋ ਇਹ ਬਿਨਾਂ ਹੌਸਲੇ ਤੋਂ ਕੰਮ ਨਹੀਂ ਹੁੰਦੇ, ਢੇਰੀ ਢਾ ਕੇ ਬਹਿ ਜਾਂਦੇ ਲੋਕ, ਮਾਵਾਂ ਢੇਰੀ ਢਾ ਜਾਂਦੀਆਂ, ਬੇਹੋਸ਼ ਹੋ ਜਾਂਦੀਆਂ, ਬੀਪੀ ਘਟਣ ਲੱਗ ਪੈਂਦੇ ਨੇ ਜਦੋਂ ਕਿਤੇ ਏਡੀ ਵੱਡੀ ਅਣਹੋਣੀ ਪਰਿਵਾਰ ਦੇ ਵਿੱਚ ਹੋ ਜਾਵੇ। ਪਰ ਇਹਨਾਂ ਨੇ ਜਿਹੜਾ ਹੌਸਲਾ ਦਿਖਾਇਆ, ਮੈਂ ਕਹਿੰਦਾ ਕਿ ਉਹ ਹੌਸਲਾ ਹਰ ਇੱਕ ਦੇ ਵਿੱਚ ਹੋਣਾ ਚਾਹੀਦਾ ਕਿ ਤੁਸੀਂ ਕਿਹੋ ਜਿਹੇ ਹਾਲਾਤਾਂ ਦੇ, ਜਿਹੜੇ ਮਾੜੇ ਹਾਲਾਤਾਂ ਦਾ ਕਿਹੋ ਜਿਹਾ ਸਾਹਮਣਾ ਤੁਸੀਂ ਕਰਦੇ ਹੋ। ਇਹਦੇ ਤੋਂ ਇੱਕ ਹੋਰ ਸਬਕ ਲੈਣ ਦੀ ਵੀ ਸਾਡੇ ਸਾਰੇ ਮਾਪਿਆਂ ਨੂੰ ਲੋੜ ਹੈ, ਪੰਜਾਬੀਆਂ ਨੂੰ ਖਾਸ ਤੌਰ ਦੇ ਉੱਤੇ, ਕਿ ਜਿਹੜੇ ਕਹਿੰਦੇ ਨੇ ਕਿ ਸੰਤਾਨ ਇੱਕ ਹੀ ਬਹੁਤ ਆ, ਇਹ ਜਿਹੜਾ ਸਾਡੇ ਵਿੱਚ ਭਰਮ ਪਾ ਦਿੱਤਾ ਗਿਆ ਨਾ, ਇਹ ਵੀ ਸਰਕਾਰਾਂ ਵੱਲੋਂ ਹੀ ਪਾਇਆ ਗਿਆ ਕਿ ਇੱਕ ਇੱਕ ਔਲਾਦ ਹੀ ਹੋਣੀ ਚਾਹੀਦੀ ਹੈ। ਸੋ ਔਲਾਦ ਇੱਕ ਨਹੀਂ ਹੋਣੀ ਚਾਹੀਦੀ, ਸਗੋਂ ਤੁਹਾਡੇ ਦੋ ਚਾਰ ਬੱਚੇ ਜਿਹੜੇ ਨੇ ਉਹ ਤਕਰੀਬਨ ਹੋਣੇ ਚਾਹੀਦੇ ਆ। ਸੋ ਜੇਕਰ ਕੋਈ ਇਸ ਤਰ੍ਹਾਂ ਦੀ ਟ੍ਰੈਜਡੀ ਆ ਜਾਵੇ ਤਾਂ ਇਹ ਨਹੀਂ ਹੈ ਕਿ ਸਾਰੇ ਜੋ ਅੱਜ ਇਹਨਾਂ ਨੇ ਕੀਤਾ, ਇਹ ਪੇਰੈਂਟਸ ਨੇ ਜੋ ਕੀਤਾ, ਉਹ ਸਾਰੇ ਕਰ ਸਕਣ ਦੇ ਕਾਬਿਲ ਹੋਣ। ਸੋ ਅੱਜ ਹਵੇਲੀ ਦੇ ਵਿੱਚ ਦੁਬਾਰਾ ਖੁਸ਼ੀਆਂ ਗੂੰਜੀਆਂ। ਤਕਰੀਬਨ ਜਦੋਂ ਸਿੱਧੂ ਮੂਸੇਵਾਲੇ ਦੇ ਫਾਦਰ ਨੂੰ ਪੁੱਛਿਆ ਗਿਆ ਕਿ ਨਾਮ ਕੀ ਰੱਖੋਗੇ ਤਾਂ ਉਹਨਾਂ ਨੇ ਸਾਫ਼ ਹੀ ਕਹਿ ਦਿੱਤਾ ਕਿ ਇਹਦਾ ਨਾਮ ਵੀ ਜਿਹੜਾ ਹੈ ਉਹ ਸ਼ੁਭਦੀਪ ਸਿੰਘ ਹੀ ਰੱਖਿਆ ਜਾਵੇਗਾ। ਸੋ ਸਿੱਧੂ ਮੂਸੇਵਾਲਾ ਹੀ ਆਪਾਂ ਕਵਾਂਗੇ ਕਿ ਵਾਪਸ ਆ ਗਿਆ। ਸੋ ਬੜੀ ਖੁਸ਼ੀ ਮਨਾਈ ਹੈ ਦੁਨੀਆ ਭਰ ਦੇ ਵਿੱਚ ਲੋਕਾਂ ਨੇ। ਅਸੀਂ ਕਈ ਵਾਰੀ ਗੱਲਾਂ ਕਰਦੇ ਹੁੰਦੇ ਹਾਂ ਕਿ ਨੈਗੇਟਿਵਿਟੀ ਬਹੁਤ ਹੈ, ਇੱਦਾਂ ਕਰਦੇ ਆ ਲੋਕ, ਉਹ ਕਰਦੇ ਆ, ਪਰ ਜਿਸ ਤਰ੍ਹਾਂ ਦੀ ਖੁਸ਼ੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ, ਫਿਲਮ ਇੰਡਸਟਰੀ ਨੇ, ਪੰਜਾਬ ਦੇ ਲੋਕਾਂ ਨੇ ਇਸ ਜਿਹੜੀ ਸਿੱਧੂ ਦੇ ਆਉਣ ਤੇ ਮਨਾਈ ਹੈ, ਉਹ ਮੈਨੂੰ ਲੱਗਦਾ ਕਿ ਬਹੁਤ ਵੱਡਾ ਇੱਕ ਸੰਕੇਤ ਵੀ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਚੱਲ ਰਹੇ ਹਾਂ। ਸੋ ਬਹੁਤ ਸੋਹਣੀ ਗੱਲ ਹੈ, ਬੜਾ ਖੁਸ਼ੀ ਵਾਲਾ ਮਾਹੌਲ ਹੈ, ਪੂਰੀ ਦੁਨੀਆ ਦੇ ਵਿੱਚ ਖੁਸ਼ੀ ਜਿਹੜੀ ਉਹ ਮਨਾਈ ਗਈ ਹੈ, ਤੇ ਇੱਕ ਸਕੂਨ ਜਿਹੜਾ ਲੋਕਾਂ ਨੂੰ ਮਿਲਿਆ, ਜਿਹੜਾ ਇੱਕ ਦੁੱਖ ਸੀ ਨਾ ਕਿ ਸਿੱਧੂ ਮੂਸੇਵਾਲਾ ਚਲਾ ਗਿਆ, ਹੁਣ ਉਹ ਕਿਤੇ ਨਾ ਕਿਤੇ ਘਟਿਆ ਇਸ ਬੱਚੇ ਦੇ ਆਉਣ ਦੇ ਨਾਲ। ਸੋ ਅਸੀਂ ਆਸ ਕਰਦੇ ਹਾਂ ਕਿ ਸਿੱਧੂ ਜਿਵੇਂ ਦਾ ਸੀ ਉਸੇ ਤਰੀਕੇ ਦਾ ਇਹ ਸਿੱਧੂ ਹੋਵੇ, ਤੇ ਫਿਰ ਤੋਂ ਮਤਲਬ ਕਿ ਇਹ ਤਾਂ ਹੈ ਨਹੀਂ ਕਿ ਉਹ 4-5 ਸਾਲਾਂ ਦਾ, 6 ਸਾਲਾਂ ਦਾ ਗਾਉਣ ਲੱਗ ਪਊਗਾ, ਮਤਲਬ ਕਿ ਤਕਰੀਬਨ 25-26 ਸਾਲਾਂ ਦਾ ਸੀ ਸਿੱਧੂ ਜਦੋਂ ਗਾਉਣਾ ਸ਼ੁਰੂ ਕਰ ਗਿਆ, ਉਹ 23-24 ਸਾਲਾਂ ਦਾ। ਸੋ ਅਸੀਂ ਆਸ ਕਰਦੇ ਹਾਂ ਕਿ ਅੱਜ ਤੋਂ 23-24 ਸਾਲ ਬਾਅਦ ਸਾਨੂੰ ਦੁਬਾਰਾ ਸਿੱਧੂ ਜਿਹੜਾ ਹੈਗਾ ਉਹ ਨਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲੇਗਾ। ਸੋ ਇਹੀ ਕਹਿ ਸਕਦੇ ਹਾਂ ਫਿਲਹਾਲ ਦੀ ਘੜੀ। ਜੀ ਦਲਜੀਤ ਸਿੰਘ ਜੀ, ਜਿੱਦਾਂ ਕਿ ਆਪਾਂ ਕਹਿ ਲਈਏ ਕਿ ਪਹਿਲਾਂ ਜੋ ਬੱਚੇ ਹੁੰਦੇ ਸੀ ਪਰਿਵਾਰਾਂ ਦੇ ਵਿੱਚ, ਇੱਕ ਘਰ ਦੇ ਵਿੱਚ 4-5 ਵੀ ਹੁੰਦੇ ਸੀ, ਪਰ ਅੱਜ ਉਦਾਂ ਦੇ ਸਰੀਰ ਬੇਸ਼ਕ ਨਹੀਂ ਰਹੇ ਜਿਵੇਂ ਆਪਾਂ ਕਹੀਏ ਕਿ ਜਿੱਦਾਂ ਜਿੱਦਾਂ ਜਨਰੇਸ਼ਨ ਅੱਗੇ ਵਧੀ ਤੇ ਸਰੀਰ ਬੇਸ਼ਕ ਉਦਾਂ ਨਹੀਂ ਰਹੇ, ਪਰ ਉਦਾਂ ਹੀ ਇੱਕ ਟੈਕਨੋਲੋਜੀ ਨੇ ਵਧੀਆ ਕੰਮ ਕੀਤਾ ਹੈ। IVF ਟੈਕਨੋਲੋਜੀ ਦੇ ਦੁਆਰਾ ਇਹ ਸਾਰਾ ਕੁਝ ਸੰਭਵ ਹੋ ਸਕਿਆ ਕਿ ਇਸ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੱਲੋਂ ਕਹਿ ਲਓ ਕਿ ਸਿੱਧੂ ਮੂਸੇਵਾਲੇ ਨੂੰ ਹੀ ਜਨਮ ਦਿੱਤਾ, ਕਿਉਂਕਿ ਤੁਸੀਂ ਕਿਹਾ ਕਿ ਨਾਮ ਵੀ ਉਹਦਾ ਸਿੱਧੂ ਮੂਸੇਵਾਲਾ ਹੀ ਰੱਖਿਆ ਜਾਊਗਾ, ਸ਼ੁਭਦੀਪ ਸਿੰਘ ਰੱਖਿਆ ਜਾਊਗਾ। ਧੰਨਵਾਦ ਤੁਹਾਡਾ ਦਲਜੀਤ ਸਿੰਘ ਨਾਲ ਜੁੜਨ ਦੇ ਲਈ, ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ। ਧੰਨਵਾਦ, ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ ਆ। ਜਿਹੜੀ ਤੁਸੀਂ ਬੱਚਿਆਂ ਵਾਲੀ ਗੱਲ ਕੀਤੀ ਹੈ ਨਾ, ਇਹ ਸਰੀਰਾਂ ਦੀ ਗੱਲ ਵੱਖਰੀ ਹੈ, ਜੇਕੇ ਅਸੀਂ ਸੰਤਾਨ ਪੈਦਾ ਅੱਜ ਕੱਲ੍ਹ ਦੀ ਜਨਰੇਸ਼ਨ ਨਹੀਂ ਕਰ ਸਕ ਰਹੀ ਜਾਂ ਉਹ ਗੱਲ ਵੱਖਰੀ ਹੈ, ਪਰ ਇੱਕ ਸਾਡੇ ਜੇ ਆਪਾਂ ਮਾਂ ਪਿਓ ਦੀ ਜਨਰੇਸ਼ਨ ਵੀ ਦੇਖੀਏ ਨਾ, ਸਾਡੇ ਜਿਹੜੇ ਸੀਗੇ ਅੱਜ ਤੋਂ ਤਕਰੀਬਨ 20-25 ਸਾਲ ਪਹਿਲਾਂ ਵਾਲੇ ਵੀ ਜਿਹੜੇ ਹੈ, ਉਹਨਾਂ ਦੇ ਮਨਾਂ ਦੇ ਵਿੱਚ ਵੀ ਇੱਕ ਵਹਿਮ ਭਰ ਦਿੱਤਾ ਗਿਆ ਸੀ ਕਿ ਸੰਤਾਨ ਇੱਕ ਹੀ ਬਹੁਤ ਹੈ। ਪਹਿਲਾਂ ਟਰੱਕਾਂ ਦੇ ਉੱਤੇ ਨਾਰਾ ਲਿਖਾਇਆ ਗਿਆ, ਹਮ ਦੋ ਹਮਾਰੇ ਦੋ, ਫਿਰ ਕਹਿੰਦੇ ਇੱਕ ਹੀ ਕਾਫੀ, ਕੁਛ ਇਸ ਤਰ੍ਹਾਂ ਦਾ ਨਾਰਾ ਵੀ ਲਿਖਾਇਆ ਗਿਆ। ਇਹ ਸਰਕਾਰੀ ਚਾਲਾਂ ਹੁੰਦੀਆਂ ਨੇ। ਹੁਣ ਤੁਸੀਂ ਦੇਖੋ ਕਿ ਭਾਰਤ ਦੀ ਜਿਹੜੀ ਜਨਸੰਖਿਆ ਹੈ ਉਹ 130 ਕਰੋੜ ਦੇ ਕਰੀਬ ਹੋ ਗਈ, 135 ਦੇ ਕਰੀਬ ਹੋ ਗਈ ਹੈ। ਸਾਰੇ ਮਤਲਬ ਕਿ ਲੋਕ ਬਾਕੀ ਸਟੇਟਾਂ ਦੇ ਵਿੱਚ ਜਿਹੜੇ ਰਹਿਣ ਵਾਲੇ ਨੇ
ਉਹ ਬੱਚੇ ਪੈਦਾ ਕਰ ਰਹੇ ਨੇ, 3 ਤੋਂ 4 ਬੱਚੇ। ਪਰ ਸਾਡੇ ਪੰਜਾਬ ਵਾਲਿਆਂ ਨੂੰ ਬਹੁਤ ਜਲਦੀ ਹੁੰਦਾ ਕਿ ਅਸੀਂ ਜਿਹੜਾ ਨਾਰਾ ਆਵੇ ਤੇ ਉਹਨੂੰ ਅਡੋਪਟ ਕਰ ਲਈਏ। ਸੋ ਇਹ ਨਾਰਾ ਅਡੋਪਟ ਕਰਕੇ ਤੇ ਇੱਕ ਸੰਤਾਨ ਦੇ ਉੱਤੇ ਟਿਕ ਗਏ ਤੇ ਅੱਜ ਇਹ ਹਾਲਾਤ ਨੇ। ਹੁਣ ਤੁਸੀਂ ਦੇਖੋ ਕਿੰਨੀਆਂ ਮੌਤਾਂ ਐਕਸੀਡੈਂਟਾਂ 'ਚ ਹੁੰਦੀਆਂ ਨਾ, ਜਦੋਂ ਬਹੁਤ ਸਾਰੀਆਂ ਖਬਰਾਂ ਆਉਂਦੀਆਂ। ਕੈਨੇਡਾ ਦੇ ਵਿੱਚ ਮੁੰਡੇ ਨੂੰ ਹਾਰਟ ਅਟੈਕ ਹੋ ਗਿਆ, ਇਕਲੌਤਾ ਪੁੱਤ ਸੀ ਮਾਪਿਆਂ ਦਾ। ਫਲਾਨੀ ਜਗ੍ਹਾ ਪੰਜਾਬ ਦੇ ਵਿੱਚ ਐਕਸੀਡੈਂਟ ਹੋ ਗਿਆ, ਇਕਲੌਤਾ ਪੁੱਤ ਸੀ ਮਾਪਿਆਂ ਦਾ, ਕਤਲ ਕਰ ਦਿੱਤਾ ਕਿਸੇ ਨੇ ਗੋਲੀਆਂ ਮਾਰ ਕੇ, 2 ਭੈਣਾਂ ਦਾ, 3 ਭੈਣਾਂ ਦਾ, ਇਕਲੌਤਾ ਭਰਾ। ਹੁਣ ਸ਼ੁਭਕਰਨ ਸਿੰਘ ਦੀ ਗੱਲ ਦੇਖ ਲਓ ਤੁਸੀਂ, ਸ਼ੁਭਕਰਨ ਸਿੰਘ ਵੀ ਇਕੱਲਾ ਹੀ ਇਕੱਲਾ ਮੁੰਡਾ ਸੀਗਾ, ਹਨਾ। ਚਲੋ ਉਹਦੀਆਂ ਭੈਣਾਂ ਜ਼ਰੂਰ ਸੀਗੀਆਂ ਪਰ ਇਕੱਲਾ ਇਕੱਲਾ ਮੁੰਡਾ ਸੀ। ਸੋ ਆਪਾਂ ਇਹ ਚੀਜ਼ ਨੂੰ ਲੈ ਕੇ ਚੱਲੀਏ ਕਿ ਇਹ ਚੀਜ਼ਾਂ ਜਿਹੜੀਆਂ ਸਾਨੂੰ ਸਿਖਾਈਆਂ ਜਾਂਦੀਆਂ ਕਿ ਲਓ ਜੀ ਬੱਚੇ ਜ਼ਿਆਦਾ ਨਹੀਂ ਹੋਣੇ ਚਾਹੀਦੇ, ਇਹ ਨਹੀਂ ਹੋਣਾ ਚਾਹੀਦਾ, ਉਹ ਨਹੀਂ ਹੋਣਾ ਚਾਹੀਦਾ। ਇੱਕ ਤਾਂ ਧਾਰਮਿਕ ਤੌਰ ਦੇ ਉੱਤੇ ਵੀ ਸਾਡੇ ਜਥੇਦਾਰਾਂ ਨੇ ਵੀ ਇਹ ਬੇਨਤੀ ਕੀਤੀ ਹੋਈ ਹੈ ਕਿ ਤੁਸੀਂ ਇੱਕ ਸੰਤਾਨ ਤੇ ਟਿਕ ਗਏ ਹੋ ਤੇ ਤੁਹਾਡੀ ਪਾਪੂਲੇਸ਼ਨ ਕਿਵੇਂ ਵਧੇਗੀ, ਦੁਨੀਆਂ ਦੇ ਵਿੱਚ ਕਿਵੇਂ ਜਾਓਗੇ, ਸੋ ਤੁਹਾਡੀ ਵੋਟ ਕਿਵੇਂ ਬਣੇਗੀ, ਤੁਹਾਡੇ ਹੱਕ ਦੀ ਗੱਲ ਕੌਣ ਕਰੇਗਾ। ਦੂਸਰੀ ਗੱਲ ਜਿਹੜੀ, ਇਹੋ ਜਿਹੇ ਹਾਦਸੇ ਕਈ ਵਾਰ ਹੋ ਜਾਂਦੇ ਆ ਪਰਿਵਾਰਾਂ ਦੇ ਵਿੱਚ। ਸੋ ਹਰ ਪੱਖੋਂ ਸਾਨੂੰ ਜਿਹੜੀ ਹੈ ਇਹ ਗੱਲ ਸੋਚਣੀ ਚਾਹੀਦੀ ਹੈ, ਸਮਝਣੀ ਚਾਹੀਦੀ ਹੈ ਕਿ ਭਾਈ ਅਸੀਂ ਇਹ ਨਹੀਂ ਕਿ ਇੱਕ ਸੰਤਾਨ ਹੋ ਗਈ, ਨਹੀਂ ਜੀ ਖਰਚੇ ਨਹੀਂ ਚੱਲੇ ਜਾਂਦੇ। ਜਿਹੜਾ ਜੀ ਦੁਨੀਆਂ ਤੇ ਆਉਂਦਾ ਉਹ ਖਰਚੇ ਆਪਣੇ ਨਾਲ ਲੈ ਕੇ ਆਉਂਦਾ ਹੁੰਦਾ, ਕੀ ਪਤਾ ਉਹਦੇ ਜਨਮ ਲੈਣ ਤੋਂ ਬਾਅਦ ਤੁਹਾਡੇ ਦੇਹ ਨਹੀਂ ਬਦਲ ਜਾਣ, ਤੁਸੀਂ ਹੋਰ ਮਤਲਬ ਕਿ ਤਰੱਕੀਆਂ ਦੇ ਵਿੱਚ ਚਲੇ ਜਾਓ। ਸੋ ਇਹ ਫਿਕਰ ਨਹੀਂ ਕਰਨਾ ਚਾਹੀਦਾ ਜੀ, ਇਹਦੇ ਨਾਲ ਹੀ ਆਪਾਂ ਸਮਾਪਤੀ ਕਰ ਦਿੰਦੇ ਹਾਂ। ਧੰਨਵਾਦ ਜੀ। ਹੁਣ ਇਜਾਜ਼ਤ ਲੈਂਦੇ ਹਾਂ ਪ੍ਰਾਈਡ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ, ਜਿੱਦਾਂ ਕਿ ਹੋਰ ਵੱਡੀ ਅਪਡੇਟ ਆਵੇਗੀ ਦੁਬਾਰਾ ਦਰਸ਼ਕਾਂ ਨਾਲ ਆਪਾਂ ਰੂਬਰੂ ਹੋਵਾਂਗੇ। ਧੰਨਵਾਦ।